ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਵਿਰਸਾ ਚੈਨਲ। ਇਸ ਚੈਨਲ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਇੱਕ ਵਾਰ ਫਿਰ ਹਾਜ਼ਰ ਹੋਏ ਹਾਂ, ਇੱਕ ਨਵੀਂ ਵੀਡੀਓ ਲੈ ਕੇ। ਗੱਲ ਕਰਦੇ ਹਾਂ ਰੁਦਨ ਰਾਵੀ ਦਿਆਂ ਪਤਨਾ ਦਾ। ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ, ਬਾਈਂ ਹੱਥੀਂ ਦੰਦ ਦੀਆਂ ਚੂੜੀਆਂ, ਨੱਕ ਦੇ ਸੱਜੇ ਪਾਸੇ ਟਾਪਸ ਵਰਗਾ ਹੀਰਿਆਂ ਦਾ ਚਮਕਦਾ ਕੋਕਾ, ਸਿਰ 'ਤੇ ਦੋ ਛੜੀਆਂ ਹੇਠਾਂ ਗੰਢੇ ਦੀ ਛਿੱਲ ਵਰਗਾ ਦੁਪੱਟਾ ਅਤੇ ਉੱਪਰ ਚਾਦਰਾ, ਪੈਰੀ ਸੁਨਹਿਰੀ ਤਿੱਲੇ ਵਾਲੀ ਜਰਕਵੀਂ ਜੁੱਤੀ। ਰੇਸ਼ਮਾ ਪਾਕਿਸਤਾਨ ਦੂਰਦਰਸ਼ਨ 'ਤੇ ਇੰਟਰਵਿਊ ਦੇ ਰਹੀ ਇੰਝ ਲੱਗਦੀ ਸੀ ਜਿਵੇਂ ਕੋਈ ਤਨੀਆਂ ਵਾਲੇ ਸੂਤ ਦੇ ਪੀੜੇ 'ਤੇ ਬੈਠੀ ਗਲੋਟੀ ਅਟੇਰ ਰਹੀ ਹੋਵੇ ਅਤੇ ਆਪਣੀ ਸਹੇਲੀ ਨਾਲ ਟੱਬਰ ਟਹਿਰ ਦੇ ਦੁੱਖ ਸੁੱਖ ਵੀ ਸਾਂਝੇ ਕਰ ਰਹੀ ਹੋਵੇ, ਅਤੇ ਉਹ ਵੀ ਅਤਿ ਸਹਿਜ ਸੁਭਾਅ, ਹਰੇਕ ਪੁੱਛੇ ਸਵਾਲ ਦਾ ਬਿਨਾਂ ਕਿਸੇ ਉਚੇਚ ਜਵਾਬ ਦੇ ਰਹੀ ਸੀ। ਕੁਝ ਉਦਾਹਰਣਾਂ ਇਸ ਸੱਚ ਦੀ ਤਥਾਤਮਕ ਗਵਾਹੀ ਲਈ। ਜਦੋਂ ਪ੍ਰਸ਼ਨਕਾਰ ਨੇ ਪ੍ਰਸ਼ਨ ਕੀਤਾ ਰੇਸ਼ਮਾ ਨੂੰ, ਤੁਹਾਨੂੰ ਕਿਹੋ ਜਿਹੇ ਗੀਤ ਜ਼ਿਆਦਾ ਪਸੰਦ ਨੇ, ਰੇਸ਼ਮਾ ਨੇ ਆਪਣੀ ਮਿੱਠੀ ਆਵਾਜ਼ ਨਾਲ ਦੱਸਿਆ, ਉਹੀਓ ਜਿਹੜੇ ਦੁੱਖਾਂ ਦਰਦਾਂ ਬਾਰੇ ਹੋਣ, ਮੈਂ ਗਾਉਂਦੀ ਵੀ ਉਹਨਾਂ ਨੂੰ ਚਾਅ ਨਾਲ ਅਤੇ ਡੁੱਬ ਕੇ ਹਾਂ। ਪ੍ਰਸ਼ਨਕਾਰ ਨੇ ਫਿਰ ਪੁੱਛਿਆ, ਕੋਈ ਰਸਮੀ ਸਿੱਖਿਆ? ਰੇਸ਼ਮਾ ਨੇ ਦੱਸਿਆ, ਬਸ ਉਸਦਾ ਨਾਂ ਲੈਨੀ ਵਾਂ, ਮੈਨੂੰ ਤਾਂ ਇਸ ਖੇਤਰ ਵਿੱਚ ਲਿਆਉਣ ਵਾਲਾ ਵੀ ਉਹੀਓ ਅੱਲਾ ਤਾਲਾ, ਮੇਰੇ ਕੰਧੀ ਦਸਤ ਧਰਨ ਵਾਲਾ ਵੀ ਉਹੀਓ, ਇਹ ਬਖਸ਼ਿਸ਼ੇ ਸਿੱਖਿਆ ਦੀ ਕੀ ਲੋੜ? ਪ੍ਰਸ਼ਨਕਾਰ ਨੇ ਪੁੱਛਿਆ, ਕੋਈ ਕਰਜ਼ਵੰਦ ਅਹਿਸਾਸ ਜੋ ਹਰ ਵੇਲੇ ਨਾਲ ਰਹਿੰਦਾ ਹੋਵੇ? ਰੇਸ਼ਮਾ, ਉਸਦਾ ਜਿੰਨੇ ਬੇਘਰੀ ਬੇਆਸਰਾ ਅਨਪੜ੍ਹ ਨੂੰ ਪੱਕੇ ਘਰੀ ਬੈਠਣ ਯੋਗੀ ਕਰ ਦਿੱਤਾ। ਕਿੱਥੇ ਮੈਂ ਕਮਲੀ, ਕਿੱਥੇ ਸ਼ਾਨ ਤੇਰੀ, ਮੈਂ ਕੀ ਸਾਂ, ਕੀ ਬਣਾ ਲਿਆ ਵੇ? ਉਹ ਗੁਆਚ ਜਾਂਦੀ ਹੈ ਅਤੇ ਭਰੇ ਗਲੇ ਨਾਲ ਗੁਣਗੁਣਾਉਣ ਲੱਗਦੀ ਹੈ। ਇਹ ਉਹੀ ਰੇਸ਼ਮਾ ਹੈ ਜਿਸਨੇ 1975 ਦੇ ਨੇੜੇ ਤੇੜੇ ਆਪਣੇ ਰੇਸ਼ਮਾ ਨਾਮੀ LP ਨਾਲ ਰਾਵੀ ਦਿਆਂ ਪਤਨਾ ਨੂੰ ਮੋਹਨ ਸਿੰਘ ਤੋਂ ਉਧਾਰੇ ਲਏ ਬੋਲਾਂ ਵਿੱਚ ਅੱਗੇ ਅੱਗ ਜਿਹੀ ਲਾ ਦਿੱਤੀ ਸੀ, ਅਤੇ ਉਹ ਸੋਨੇ ਦੇ ਭਾਅ ਵੀ ਲੱਭਿਆ ਨਹੀਂ ਸੀ ਮਿਲਿਆ। ਯੂਨੀਵਰਸਿਟੀਆਂ ਦੀਆਂ ਕਾਫੀ ਹਾਊਸਾਂ ਵਿੱਚ ਬੈਠੇ ਵਿਦਵਾਨ ਉਸਦੀ ਹਨੇਰੀ ਵਰਗੀ ਚੜ੍ਹਤ ਬਾਰੇ ਗੱਲ ਕਰਨ ਮਾਣ ਸਮਝਦੇ ਸਨ। ਹੋਸਟਲਾਂ 'ਚ ਰਹਿੰਦੇ ਵਿਦਿਆਰਥੀ ਕਾਰੀਡੋਰ ਦੇ ਜੰਗਲੇ ਫੜ ਕੇ, ਹਾਏ ਰੱਬਾ ਨਹੀਂ ਉਹ ਲੱਗਦਾ ਦਿਲ ਮੇਰਾ, ਗਾ ਕੇ ਕੁਝ ਕਥਾਰ ਕਰਦੇ ਸਨ, ਕਿਉਂਕਿ ਉਸ ਉਮਰੇ ਦਿਲ ਲੱਗਣਾ ਜਵਾਨੀ ਦੀ ਹੇਠੀ ਹੈ। ਸਰੋਤਿਆਂ ਨੇ ਤਾਂ ਕੀ, ਖੁਦ ਰੇਸ਼ਮਾ ਨੇ ਵੀ ਕਦੇ ਸੁਪਨਿਆਂ ਵਿੱਚ ਕਿਆਸਿਆ ਨਹੀਂ ਹੋਵੇਗਾ ਕਿ ਉਹ ਗਾਇਕਾ ਬਣ ਇੰਨੀ ਸ਼ੋਹਰਤ ਖੱਟੇਗੀ। ਉਸਦਾ ਜ਼ਿਕਰ ਪਾਕਿਸਤਾਨੀ ਹੀ ਨਹੀਂ ਸਗੋਂ ਸਮੁੱਚੀ ਪੰਜਾਬੀ ਗਾਇਕੀ ਵਿੱਚ ਇਸ ਬੁਲੰਦੀ 'ਤੇ ਪਹੁੰਚੇਗਾ। ਯਕੀਨਨ ਉਹ ਕਿਸੇ ਤਕਬੀਰ ਰਾਹੀਂ ਨਹੀਂ ਸਗੋਂ ਤਕਦੀਰ ਰਾਹੀਂ ਅਜੋਕੇ ਰਸ਼ਕ ਯੋਗ ਮੁਕਾਮ 'ਤੇ ਪਹੁੰਚੀ ਹੈ। ਫਰਸ਼ ਤੋਂ ਅਰਸ਼ ਤੱਕ ਦਾ ਇਹ ਸਫ਼ਰ ਉਸਨੂੰ ਇੰਜ ਤੈਅ ਕੀਤਾ, ਅਤੇ ਉਹ ਵੀ ਨਾਟਕੀ ਢੰਗ ਨਾਲ, ਜਿਵੇਂ ਕੋਈ ਗੈਬੀ ਸ਼ਕਤੀ ਕਿਸੇ ਨਿਮਾਣੇ ਅਤੇ ਨਿਤਾਣੇ ਨੂੰ ਅਚਨਚੇਤ ਬਾਹੋਂ ਫੜ ਕੇ ਤਾਜ ਪਹਿਨਾ ਦੇਵੇ ਬਿਨਾਂ ਕਿਸੇ ਅਹਿਸਾਨ ਜਾਂ ਇਵਜ਼ਾਨੇ ਦੇ। ਹੋਇਆ ਇੰਜ ਕਿ ਰੇਸ਼ਮਾ ਆਪਣੇ ਕਬੀਲੇ ਦਿਆਂ ਸਾਥੀ ਸਾਥਨਾ ਸੰਗ ਇੱਕ ਤੋਂ ਦੂਜੀ ਥਾਂ ਭਟਕਦੀ ਫਿਰਦੀ ਸੀ। ਵਿਸ਼ਵਾਸ ਹੈ ਕਿ ਇਹ ਗੱਡੀਆਂ ਵਾਲੇ ਕੁੱਲ ਉਮਰਾਂ ਆਪਣੀ ਛੱਤ ਨਹੀਂ ਬਣਾਉਂਦੇ, ਟੱਪਰੀ ਵਾਸਾਂ ਵਾਂਗ ਪਿਛਲੇ ਪੈਰ ਮੁਕਾਮ, ਜਿਨ੍ਹਾਂ ਦੇ ਪਹਿਲੇ ਪੈਰ ਤਿਆਰੀ ਵਾਲਾ ਜੀਵਨ ਜਿਉਂਦੇ ਹਨ। ਕਾਰਨ ਇਹ ਖੁਦ ਜਾਂ ਰੱਬ ਹੀ ਜਾਣਦਾ ਹੈ। ਇਨਸਾਨੀ ਫਿਤਰਤ ਹੈ ਕਿ ਕੁਝ ਨਾ ਹੁੰਦੇ ਸੌਂਦੇ ਵੀ ਈਸ਼ਵਰ ਨਾਲ ਗੁੱਸਾ ਗਿਲਾ ਤਾਂ ਕੀ ਕਰਨਾ ਹੈ, ਪੀਰਾਂ ਫਕੀਰਾਂ ਦੇ ਮਜ਼ਾਰਾਂ 'ਤੇ ਜਾ ਕੇ ਆਪਣੀ ਅਕੀਦਤ ਦੇ ਨਜ਼ਰਾਨੇ ਪੇਸ਼ ਕਰਦੇ ਹਨ। ਅਜਿਹੀ ਇੱਕ ਖੁਸ਼ਕਿਸਮਤ ਵੇਲੇ ਰੇਸ਼ਮਾ ਅਲੀ ਸ਼ਹਿਬਾਜ਼ ਕਲੰਦਰ ਦੀ ਪਾਕ ਦਰਗਾਹ ਦੇ ਇਹ ਦਿਲ ਚੀਰਵਾਂ ਗਾ ਰਹੀ ਸੀ, ਮਾਵਾਂ ਨੂੰ ਪੀਰਾਂ ਬਚੜੇ ਦੇਣੇ
ਭੈਣਾਂ ਨੂੰ ਦੇਣੇ ਵੀਰ ਵਿਪਲਾ ਚੁੱਲ੍ਹੇ ਲਾਲਣ ਸਿੰਦੜੀ ਦਾ ਲਾਲ ਅਲੀ ਸਹਿਬਾਜ ਕਲੰਦਰ ਲਾਜ ਮੇਰੀ ਪਤ ਰੱਖੀਓ ਭਲਾ। ਕਈ ਵਾਰ ਦੁਆਵਾਂ ਅਤੇ ਮੰਨਤਾਂ ਪੂਰੀਆਂ ਵੀ ਹੋ ਜਾਂਦੀਆਂ ਹਨ, ਰੇਸ਼ਮਾ ਦੀ ਵੀ ਹੋਈ। ਇੱਕ ਫਰਿਸ਼ਤੇ ਦੇ ਰੂਪ ਵਿੱਚ ਉੱਥੋਂ ਹਿੰਦੀ ਲੰਘਿਆ ਜਾ ਰਿਹਾ ਸੀ ਪਾਕਿਸਤਾਨ ਰੇਡੀਓ ਦਾ ਨਿਰਮਾਤਾ ਸਲੀਮ ਗਲਿਆਨੀ, ਜਿਸ ਦੇ ਕੰਨੀ ਰੇਸ਼ਮਾ ਦੀ ਆਵਾਜ਼ ਇੰਜ ਪਈ ਜਿਵੇਂ ਕਦੇ ਵਰਡਸਵਰਥ ਦੇ ਕੰਨੀ ਸੋਲੀਟਰੀ ਰੀਪਰ ਦੀ ਪਈ ਸੀ। ਉਹ ਕੁਝ ਛਿਨਾਂ ਲਈ ਕਿਲਿਆ ਗਿਆ ਸੀ, ਰੁਕ ਗਿਆ, ਰੇਸ਼ਮਾ ਲਈ ਹੋਇਆ ਰੇਡੀਓ 'ਤੇ ਰਸਮੀ ਆਵਾਜ਼ ਟੈਸਟ। ਉਸ ਦਿਨ ਤੋਂ ਬਾਅਦ ਇਹ ਨਿਰਾ ਇਤਿਹਾਸ ਹੈ, ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਛੇਤੀ ਹੀ ਰੇਸ਼ਮਾ ਦੇ ਗੀਤਾਂ ਦਾ ਇੱਕ LP ਉਸਦੇ ਨਾਂ ਦੇ ਹੀ ਸਿਰਲੇਖ ਹੇਠ ਰਿਲੀਜ਼ ਹੋਇਆ। ਰੇਸ਼ਮਾ ਰਾਤੋਂ ਰਾਤ ਸਟਾਰ ਬਣ ਗਈ ਸੀ। ਉਸ LP ਵਿੱਚ ਜ਼ਿਆਦਾ ਗੀਤ ਜਿਸ ਦੇ ਰਚੇ ਹੋਏ ਸਨ, ਉਸਦੀ ਵੀ ਆਪਣੀ ਹੀ ਕਹਾਣੀ ਹੈ। ਜਿਉਂ ਜਿਹਾ ਗਾਇਕ ਉਹੋ ਜਿਹਾ ਗੀਤਕਾਰ, ਉਹ ਸੀ ਮਨਜੂਰ ਝੱਲਾ। ਸਭ ਕਾਸੇ ਤੋਂ ਬੇਨਿਆਜ਼ ਰੱਬ ਦਾ ਬੰਦਾ, ਗਲੀਆਂ ਦੇ ਵਿੱਚ ਫਿਰਨ ਵਾਲਾ ਨਿਮਾਣਾ, ਥੱਕ ਟੁੱਟ ਕੇ ਕਿਸੇ ਬਿਰਖ ਦੀ ਛਾਵੇਂ ਜਾ ਬੈਠਦਾ, ਵਿਯੋਗੀ ਅਤੇ ਉਧਰੇ ਦਿਲ ਦਾ ਨਾਲ ਸੰਵਾਦ ਰਚਾਉਂਦਾ, ਉਹ ਗੀਤ ਬਣ ਜਾਂਦੇ। ਆਖਰ ਪਿਆਰ ਵਿੱਚ ਮੋਏ ਬੰਦਿਆਂ ਦੇ ਮੁੱਖੋਂ ਨਿਕਲੇ ਬੋਲ ਹੀ ਕਵਿਤਾ ਹੁੰਦੇ ਹਨ, ਕਿਉਂਕਿ ਮਨਜ਼ੂਰ ਵੀ ਤਾਂ ਅਲਬੇਲੀ ਅਤੇ ਅਨੋਖੇ ਕਵੀ ਪੂਰਨ ਸਿੰਘ ਦੇ ਕਬੀਲੇ ਨਾਲ ਹੀ ਸੰਬੰਧਿਤ ਹੈ। ਉਹ ਨਾ ਕਿਸੇ ਨੂੰ ਸੁਣਦਾ, ਛਪਵਾਉਣ ਦੀ ਤਾਂ ਗੱਲ ਹੀ ਬਹੁਤ ਦੂਰ ਦੀ ਹੈ। ਰੇਸ਼ਮਾ ਵਰਗੀ ਫਕੀਰਨ ਗਾਇਕਾ ਲਈ ਵੀ ਸ਼ਾਇਦ ਇਹ ਗੀਤ ਰਚੇ ਗਏ ਸਨ। ਉਹਨਾਂ ਨੂੰ ਸੰਗੀਤ ਵਿੱਚ ਸਵਾਰਿਆ ਫਕੀਰਨਾ ਨੱਥੂ ਰਾਮ ਨੇ। ਕੁਝ ਕੁ ਦਾ ਸੰਖੇਪ ਵਿਸ਼ਲੇਸ਼ਣ ਪ੍ਰਸੰਗਕ ਹੋਵੇਗਾ। ਫੇਜ਼ ਅਹਿਮਦ ਫੇਜ ਆਪਣੀਆਂ ਨਜ਼ਮਾਂ ਨੂੰ ਇੰਜ ਪੜ੍ਹਦਾ ਸੀ ਜਿਵੇਂ ਆਰਾਮ ਸਾਹਿਤ ਗੱਲਾਂ ਕਰ ਰਿਹਾ ਹੋਵੇ, ਅਤੇ ਅਸ਼ੋਕ ਕੁਮਾਰ, ਮਸ਼ਹੂਰ ਹਿੰਦੀ ਫਿਲਮ ਅਦਾਕਾਰ, ਆਪਣਾ ਰੋਲ ਇਸ ਤਰ੍ਹਾਂ ਨਿਭਾਉਂਦਾ ਸੀ ਜਿਵੇਂ ਜਾਵੇਦ ਅਖਤਰ ਅਨੁਸਾਰ ਕੋਈ ਐਕਟਿੰਗ ਜੈਸੀ ਸ਼ੈ ਹੋ ਹੀ ਨਾ ਰਹੀ ਹੋਵੇ। ਰੇਸ਼ਮਾ ਵੀ ਕੋਈ ਵਾਰ ਇੰਜ ਗਾਉਂਦੀ ਸੀ ਜਿਵੇਂ ਕੋਈ ਰਕਾਨ ਆਪਣੇ ਉਸਨੂੰ ਸ਼ੱਕਰ ਘਿਓ ਨਾਲ ਰੋਟੀ ਖਵਾ ਰਹੀ ਹੋਵੇ। ਉੱਟੇ ਓਹਲੇ ਬੈਠੀ ਨਾਲ ਨਾਲ ਅਰਜ਼ੋਈ ਨੁਮਾ ਦੁੱਖ ਸੁੱਖ ਅਤੇ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਕਰ ਰਹੀ ਹੋਵੇ। ਅਜਿਹੀ ਗਾਇਕੀ ਸੁਣਨ ਵੇਲੇ ਸਰੋਤਾ ਭਾਗੀਦਾਰ ਬਣਨੋ ਨਹੀਂ ਰਹਿ ਸਕਦਾ। ਸਾਨੂੰ ਭੁੱਲ ਜਾਈਂ, ਸਾਡਾ ਪਿਆਰ ਨਾ ਭੁਲਾਈਂ ਵੇ, ਅੱਗੇ ਦੁਖੀ ਜਾਣ ਮੇਰੀ ਹੋਰ ਨਾ ਸਤਾਈ ਵੇ। ਕੁਝ ਘਟਨਾਵਾਂ, ਕੁਝ ਭਾਵਨਾਵਾਂ ਆਪਣੇ ਆਪ 'ਚ ਵੀ ਕਵਿਤਾ ਹੁੰਦੀਆਂ ਹਨ, ਕੁਝ ਹੋਂਕਾਂ ਧੁਰ ਅੰਦਰੋਂ ਗੀਤ ਦਾ ਰੂਪ ਧਾਰ ਕੇ ਨਿਕਲਦੀਆਂ ਹਨ, ਜਿਵੇਂ ਕਿ ਇਸ ਲਾਇਲਾਜ ਮਰਜ਼ ਦੇ ਇਲਾਜ ਦੀ ਤਾਂਘ, ਦੱਸੋ ਨੀ ਲਾਜ ਕੋਈ ਟੁੱਟੇ ਹੋਏ ਦਿਲ ਦਾ, ਖਰੋ ਨੀ ਬਹਾਨਾ ਦਿਲਬਰ ਨਹੀਂਓ ਮਿਲਦਾ, ਚਾਰ ਚੁਫੇਰੇ ਹੋਇਆ ਹਨੇਰਾ, ਹਾਏ ਓਏ ਰੱਬਾ ਨਹੀਂਓ ਲੱਗਦਾ ਦਿਲ ਮੇਰਾ, ਮਨੁੱਖੀ ਅਸਮਝ ਜੀਵਨ ਦੀ ਵਿਡੰਬਣਾ ਕਹਿ ਲਵੋ ਚਾਹੇ ਕੋਈ ਰੱਬੀ ਭਾਣਾ। ਆਮ ਗਾਇਕ ਆਪਣੇ ਪ੍ਰੋਗਰਾਮ ਦੇ ਆਗਾਜ਼ ਵੇਲੇ ਸਰਸਵਤੀ ਵੰਦਨਾ ਕਰਦੇ ਹਨ, ਸ਼ਕਤੀ ਅਤੇ ਯੋਗਤਾ ਲਈ ਪ੍ਰਭੂ ਅੱਗੇ ਅਰਦਾਸ ਕਰਦੇ ਹਨ। ਅਜੋਕੀ ਪੰਜਾਬੀ ਦਾ ਸਭ ਤੋਂ ਲਾਡਲਾ ਗਾਇਕ ਗੁਰਦਾਸ ਮਾਨ, ਮੋਹਰੀ ਰੱਖਿਓ ਲਾਜ ਗੁਰਦੇਵ, ਸ਼ਬਦਾਂ ਨਾਲ ਸਟੇਜ 'ਤੇ ਕਦਮ ਰੱਖਦਾ ਹੈ। ਪਰ ਰੇਸ਼ਮਾ ਗਾਇਕੀ ਹੀ ਅੱਲਾ ਦੀ ਇਬਾਦਤ ਦੇ ਸ਼ਬਦਾਂ ਨਾਲ ਸ਼ੁਰੂ ਹੋਈ, ਇੱਥੋਂ ਤੱਕ ਕਿ ਉਸਦਾ ਅੱਜ ਦਾ ਤੱਕ ਦਾ ਸਭ ਤੋਂ ਵੱਧ ਮਕਬੂਲ ਅਤੇ ਸ਼ਿੱਦਤ ਨਾਲ ਗਾਇਆ ਹੋਇਆ ਵੀ ਸ਼ਾਇਦ ਇਹੋ ਹੀ ਹੈ। ਮੈਂ ਇਸ ਨੂੰ ਉਸਦੀ ਗਾਇਕੀ ਦੀ ਸਿਖਰ ਕਹਾਂਗਾ, ਰੰਗ ਅਤੇ ਨੂਰ ਪੱਖੋਂ ਵੀ ਦਮਾਦਮ ਮਸਤ ਕਲੰਦਰ ਅਲੀ ਸ਼ਾਹਬਾਜ ਕਲੰਦਰ। ਬਹੁਤੇ ਕਲਾਕਾਰਾਂ ਦੇ ਉਲਟ ਰੇਸ਼ਮਾ ਦੀ ਗਾਇਕੀ ਸਫ਼ਰ ਵਿੱਚ ਕੋਈ ਵਿਕਾਸ ਨਹੀਂ, ਇਸ ਤੋਂ ਉਲਟ ਉਸਦਾ ਸਫ਼ਰ ਅਕੀਲੇ ਪੜਾਅ ਤੋਂ ਵੀ ਹੀ ਸ਼ੁਰੂ ਹੁੰਦਾ ਹੈ, TC ਤੋਂ TC ਤੱਕ। ਇਸੇ ਤਰ੍ਹਾਂ ਦੋਸਤੋ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ। ਇਹ ਮੈਂ ਜੋ ਪਾਕਿਸਤਾਨੀ ਰੇਸ਼ਮਾ, ਮਸ਼ਹੂਰ ਗਾਇਕ ਰੇਸ਼ਮਾ ਬਾਰੇ ਤੁਹਾਨੂੰ ਜਾਣੂ ਕਰਵਾਇਆ ਹੈ। ਰੁਦਨ ਰਾਵੀ ਦੀਆਂ ਪਤਨਾਂ ਦਾ ਟਾਈਟਲ ਇਸਦਾ, ਇਹ ਮੈਂ ਕਿਤਾਬ ਸੁਰਾਂ ਦੇ ਸੁਲਤਾਨ ਸੁਰਜੀਤ ਮਾਨ ਦੀ ਕਿਤਾਬ 'ਚੋਂ ਪੜ੍ਹ ਕੇ ਸੁਣਾਇਆ ਦੋਸਤੋ। ਇਸੇ ਤਰ੍ਹਾਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ, ਪ੍ਰੀਤ ਡੁਗਰੀ ਦੇ ਨਾਲ ਸਾਡਾ ਪੰਜਾਬੀ ਵਿਰਸਾ ਚੈਨਲ।